ਹੈ ਕਿ ਸਰਦਾਰ ਮਨਟੇਕ ਸਿੰਘ ਆਲੂਵਾਲੀਆ ਸਾਹਿਬ ਅਤੇ ਹੋਰ ਜਿਹੜੇ ਐਕਸਪਰਟਸ ਉਹਨਾਂ ਦੇ ਨਾਲ ਲੱਗੇ ਸੀ ਉਹਨਾਂ ਦੀ ਦੂਜੀ ਰਿਪੋਰਟ ਜਿਹੜੀ ਹੈ ਉਹ ਜਾਰੀ ਹੋਈ। ਮੈਂ ਹੁਣੇ ਵੇਰਕਾ ਸਾਹਿਬ ਦੀ ਸਟੇਟਮੈਂਟ ਸੁਣ ਰਿਹਾ ਸੀ ਕਿ ਇਹ ਬੜੀ ਪੁਰਾਣੀ ਰਿਪੋਰਟ ਹੈ। ਪਹਿਲਾਂ ਤਾਂ ਮੈਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸਦਿਆਂ ਕਿ ਉਹਨਾਂ ਨੇ ਹਾਲੇ ਰਿਪੋਰਟ ਪੜ੍ਹੀ ਨਹੀਂ, ਉਹ ਪਹਿਲੇ ਪਾਰਟ ਦੀ ਗੱਲ ਕਰ ਰਹੇ। ਇਹ ਦੂਸਰਾ ਪਾਰਟ ਵੇਰਕਾ ਜੀ ਆ ਗਿਆ ਤੁਹਾਡੀ ਸਰਕਾਰ ਦਾ, ਇਹ 30 ਜੂਨ 2021 ਹੁਣ ਕਿੰਨੇ ਦਿਨ ਹੋ ਗਏ ਆ। ਇਹ ਹੁਣ ਲੇਟੈਸਟ ਰਿਪੋਰਟ ਹੈ, ਪੁਰਾਣੀ ਨਹੀਂ ਹੈ। ਕਿਰਪਾ ਕਰਕੇ ਇਹਨੂੰ ਵੀ ਮੰਗਾ ਕੇ ਸਰਕਾਰ ਕੋਲੋਂ ਪੜ੍ਹ ਲਓ। ਦੂਜੀ ਗੱਲ ਹੈ ਕਿ ਇਹ ਰਿਪੋਰਟ ਜਿਹੜੀ ਹੈ, ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਮਾਣਯੋਗ ਵਿੱਤ ਮੰਤਰੀ ਸਾਹਿਬ ਨੂੰ ਜ਼ਰੂਰ ਪੜ੍ਹਨੀ ਚਾਹੀਦੀ, ਕਿਉਂਕਿ ਜੋ ਹਾਲਤ ਹੈ ਕਿ 18.4% ਜਿਹੜਾ ਸ਼ਾਰਟਫਾਲ ਹੈ, ਰੈਵਨਿਊ ਜਿਹੜਾ ਘੱਟ ਰਿਕਵਰ ਹੋਇਆ 18.4%, ਜਿਹੜੀਆਂ ਫਿਗਰਸ ਉਹਨਾਂ ਨੇ ਪੰਜਾਬ ਦੀ ਜਨਤਾ ਨੂੰ ਭਰੋਸਾ ਦਵਾਇਆ ਸੀ ਉਸ ਵੇਲੇ ਬਜਟ ਦੇ ਵਿੱਚ। ਔਰ ਦੂਜੀ ਗੱਲ ਹੈ ਕਿ ਕੈਪੀਟਲ ਐਕਸਪੈਂਡੀਚਰ ਜਿਹੜਾ ਇਕੱਲਾ ਇਹਨਾਂ ਨੇ ਜ਼ਿਕਰ ਕੀਤਾ ਕਿ 0.7% ਰਹਿ ਗਿਆ, ਜਦੋਂ ਕਿ ਐਵਰੇਜ ਸਾਰੀਆਂ ਸਟੇਟਾਂ ਦੀ ਜਿਹੜੀ ਹੈ ਘੱਟੋ ਘੱਟ 2006 ਹੈ, ਕੁਛ ਸਟੇਟਾਂ ਇਸ ਤੋਂ ਉੱਪਰ ਵੀ ਹੈ। 0.7% ਜਿਹੜਾ ਸਿਰਫ ਕੈਪੀਟਲ ਐਕਸਪੈਂਡੀਚਰ, ਕਿ ਜਿਹੜਾ ਡਿਵੈਲਪਮੈਂਟ ਦੇ ਕੰਮਾਂ ਦੇ ਉੱਤੇ ਪੈਸਾ ਖਰਚ ਕਰਨਾ ਸੀ, ਉਹ ਸਿਰਫ ਇੰਨਾ ਰਹਿ ਗਿਆ। ਇਸ ਕਰਕੇ ਜਿਹੜੇ ਵਧਾ ਚੜ੍ਹਾ ਕੇ ਬਜਟ ਦੇ ਵਿੱਚ ਅੰਕੜੇ ਪੇਸ਼ ਕੀਤੇ ਸੀ ਉਹ ਇਹਦੇ 'ਚ ਸਾਹਮਣੇ ਆਏ। ਇੱਕ ਬੜੀ ਦਿਲਚਸਪ ਗੱਲ ਹੈ, ਵੈਸੇ ਤਾਂ ਮੈਂ ਕੋਸ਼ਿਸ਼ ਕਰਾਂਗਾ ਇਹਦੀ ਇੱਕ ਅੱਧੇ ਦਿਨ 'ਚ ਡਿਟੇਲ ਪ੍ਰੈਸ ਕਾਨਫਰੰਸ ਕਰਕੇ ਦਿਆਂ, ਕਿ ਸਰਕਾਰ ਬੜੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਬਿਜਲੀ ਜਿਹੜੀ ਇੰਡਸਟਰੀ ਨੂੰ 5 ਰੁਪਏ ਯੂਨਿਟ ਅਸੀਂ ਦੇ ਰਹੇ ਹਾਂ, ਅਤੇ ਉਹਨਾਂ ਦੇ ਐਕਸਪਰਟਸ ਦੀ ਰਿਪੋਰਟ ਕਹਿੰਦੀ ਹੈ ਕਿ ਇਹ ਗੱਲ ਝੂਠੀ ਹੈ, ਜਿਹੜੇ ਸਰਕਾਰ ਇਸ਼ਤਿਹਾਰ ਦੇ ਰਹੇ ਉਹ ਝੂਠੇ ਆ। ਇਹ ਇਹਨਾਂ ਦੀ ਰਿਪੋਰਟ ਦੇ ਵਿੱਚ 29 ਨੰਬਰ ਪੇਜ ਦੇ ਉੱਤੇ ਲਿਖਿਆ, ਪੰਜਾਬ ਹਾਈਲਾਈਟਸ ਇਹ ਲੋਅ ਪਾਵਰ ਟੈਰਿਫ ਐਜ਼ ਵਨ ਆਫ ਪੰਜਾਬ ਪੋਜ਼ਿਟਿਵ ਪੁਆਇੰਟਸ। ਜਿਹੜੇ ਇਸ਼ਤਿਹਾਰਾਂ 'ਚ ਦਿੱਤਾ ਜਾਂਦਾ ਨਾ ਕਿ 5 ਰੁਪਈਏ ਬਿਜਲੀ ਇੰਡਸਟਰੀ ਨੂੰ ਦਿੱਤੀ ਜਾਂਦੀ ਹੈ, ਉਹਦਾ ਜ਼ਿਕਰ ਕਰ ਰਿਹਾ। ਅੱਗੋਂ ਕਹਿੰਦੇ ਬਟ ਦੀ ਫੈਕਟ ਇਜ਼, ਅਸਲੀਅਤ ਕੀ ਹੈ, ਐਜ ਪੁਆਇੰਟਡ ਆਊਟ ਇਨ ਦੀ ਫਸਟ ਰਿਪੋਰਟ ਦੀ ਇਫੈਕਟਿਵ ਟੈਰਿਫ ਇਨ ਪੰਜਾਬ ਇਜ ਮੱਚ ਹਾਇਰ ਦੈਨ ₹5 ਪਰ ਯੂਨਿਟ ਐਡਵਰਟਾਈਜ਼ਡ ਬਾਈ ਦਾ ਸਟੇਟ। ਮੁੱਖ ਮੰਤਰੀ ਸਾਹਿਬ, ਇਹ ਤੁਹਾਡੇ ਐਕਸਪਰਟਸ ਕਹਿ ਰਹੇ ਆ ਕਿ ਜਿਹੜਾ ਤੁਹਾਡਾ ਪਬਲਿਕ ਰਿਲੇਸ਼ਨ ਦਾ ਮਹਿਕਮਾ ਝੂਠੇ ਇਸ਼ਤਿਹਾਰ ਦੇ ਰਿਹਾ, ਉਹਦੇ 'ਤੇ ਕਮੈਂਟ ਕਰ ਰਿਹਾ ਕਿ ਜਿਹੜੀ ਤੁਸੀਂ ਰੋਜ਼ ਦਿੰਦੇ ਕਿ 5 ਰੁਪਈਏ ਮੈਂ ਇੰਡਸਟਰੀ ਨੂੰ ਬਿਜਲੀ ਦੇ ਰਿਹਾ। ਇਹਨਾਂ ਵਿਚਾਰਿਆਂ ਨੂੰ ਵੀ, ਐਕਸਪਰਟਸ ਨੂੰ ਦੱਸ ਦੇਣਾ ਸੀ ਵੀ ਇੱਥੇ ਨਹੀਂ ਕਮੈਂਟ ਕਰਨਾ, ਇੱਥੇ ਪਰਦਾ ਪਾਉਣਾ ਆ। ਇਹਨਾਂ ਨੇ ਤੁਹਾਡਾ ਸਾਰਾ ਹੀ ਪਰਦਾ ਜਿਹੜਾ ਉਹ ਖੋਲ੍ਹ ਕੇ ਰੱਖ ਦਿੱਤਾ, ਨਾਲ ਜ਼ਿਕਰ ਕਰ ਦਿੱਤਾ ਕਿ ਜਿਹੜੇ ਸਰਕਾਰ ਇਸ਼ਤਿਹਾਰ ਦੇ ਰਹੀ ਹੈ ਉਹ ਝੂਠੇ ਹੈ। ਇਸ ਕਰਕੇ ਦੱਸੋ ਫਿਰ ਇਹਨਾਂ ਝੂਠੇ ਇਸ਼ਤਿਹਾਰਾਂ ਦਾ ਜੁਰਮਾਨਾ ਕਿਹਨੂੰ ਪੈਣਾ ਚਾਹੀਦਾ, ਜਿਹੜਾ ਕਰੋੜਾਂ ਰੁਪਏ ਤੁਸੀਂ ਹੁਣ ਤੱਕ ਲੋਕਾਂ ਦਾ ਖਰਚ ਦਿੱਤਾ ਅਤੇ ਤੁਹਾਡੇ ਐਕਸਪਰਟ ਮੰਨਦੇ ਪਏ ਆ। ਅਸੀਂ ਤਾਂ ਕਹਿੰਦੇ ਹਾਂ ਰੋਜ਼ ਕਿ 5 ਰੁਪਏ ਨਹੀਂ ਮਿਲਦੀ, ਤੁਹਾਡੇ ਐਕਸਪਰਟਸ ਵੀ ਇਸ ਗੱਲ ਦੀ ਕਰਨ। ਦੂਜੀ ਗੱਲ, ਤੁਹਾਡੇ ਐਕਸਪਰਟਸ ਕਹਿ ਰਹੇ ਆ ਕਿ ਜੋ ਇਨਵੈਸਟਮੈਂਟ ਪਾਵਰ ਸੈਕਟਰ ਦੇ ਵਿੱਚ ਇਹਨਾਂ ਨੂੰ ਕਰਨੀ ਚਾਹੀਦੀ ਸੀ ਫਰਦਰ ਐਫੀਸ਼ੈਂਸੀ ਲਿਆਉਣ ਵਾਸਤੇ, ਲਾਸਸ ਲਿਆਉਣ ਵਾਸਤੇ, ਵੀ ਉਹ ਇਸ ਸਰਕਾਰ ਨੇ ਨਹੀਂ ਕੀਤੀ। ਪੁਰਾਣੀਆਂ ਸਰਕਾਰਾਂ ਵੇਲੇ ਵੀ ਤੁਹਾਡੀ ਇਹੀ ਸ਼ਿਕਾਇਤ ਹੁੰਦੀ ਸੀ ਕਿ ਤੁਸੀਂ ਇਹ ਕੰਮ ਜਿਹੜਾ ਇੰਪਰੂਵਮੈਂਟ ਲਿਆਉਣ ਦਾ ਨਹੀਂ ਸੀ ਕਰਦੇ। ਹੁਣ ਵੀ ਤੁਹਾਡੇ ਐਕਸਪਰਟਸ ਹੀ ਕਹਿੰਦੇ ਪਏ ਆ ਵੀ ਇਹ ਕੰਮ ਗਲਤ ਹੈ। ਇਸ ਕਰਕੇ ਰਿਪੋਰਟ ਜਿਹੜੀ ਹੈ 59 ਸਫਿਆਂ ਦੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਇਹਦੀ ਸਾਰੀ ਡਿਟੇਲ, ਇੱਦਾਂ ਕੋਵਿਡ ਦੇ ਬਾਰੇ ਵੀ ਜ਼ਿਕਰ ਕੀਤਾ ਕਿ ਹਾਈਐਸਟ ਜਿਹੜਾ ਸਾਡਾ ਮੋਰਟੈਲਿਟੀ ਰੇਟ ਰਿਹਾ ਸਟੇਟ ਦਾ, ਇਹ ਠੀਕ ਨਹੀਂ ਹੈ। ਬੜੀਆਂ ਹੋਰ ਵੀ ਘਾਟਾਂ ਪੁਆਇੰਟ ਆਊਟ ਕੀਤੀਆਂ, ਕਿਉਂਕਿ ਐਕਸਪਰਟਸ ਦੀ ਰਿਪੋਰਟ ਹੈ ਜੋ ਜੈਨੂਨ ਗੱਲ ਹੈ ਉਹਨਾਂ ਨੇ ਲਿਖੀ ਹੈ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਨਾ ਕਿ ਕਰਨਾ ਤਾਂ ਤੁਸੀਂ ਰਿਪੋਰਟਾਂ 'ਤੇ ਕੁਛ ਨਹੀਂ, ਰਿਪੋਰਟਾਂ ਤੁਹਾਡੇ ਐਕਸਪਰਟ ਦੀਆਂ ਕੁਛ ਹੋਰ ਕਹਿੰਦੀਆਂ, ਐਲਾਨ ਤੁਹਾਡੇ ਕੁਛ ਹੋਰ ਕਹਿੰਦੇ ਆ। ਇਹਦਾ ਮਤਲਬ ਜਾਂ ਤਾਂ ਐਲਾਨ ਖੋਖਲੇ ਆ ਜਾਂ ਰਿਪੋਰਟਾਂ ਜਿਹੜੀਆਂ ਗਲਤ ਆ, ਦੋਨਾਂ ਦੇ ਵਿੱਚ ਨਾ ਪਹਿਲੀ ਰਿਪੋਰਟ ਦੇ ਵਿੱਚ ਅਤੇ ਤੁਹਾਡੀ ਵਰਕਿੰਗ ਦੇ ਵਿੱਚ ਕੋਈ ਆਪਸ 'ਚ ਸਿਮਿਲੈਰਿਟੀ ਹੈ, ਨਾ ਹੁਣ ਦੀ ਰਿਪੋਰਟ ਦੇ ਵਿੱਚ ਤੁਹਾਡੀ ਵਰਕਿੰਗ ਦੇ ਵਿੱਚ ਕੋਈ ਸਿਮਿਲੈਰਿਟੀ ਹੈ।